ਅਸੀਂ ਸਭ ਆਪਣੇ ਆਪ ਨੂੰ ਤੇ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਦੇ ਹਾਂ ਪਰ ਜਦੋਂ ਗੱਲ ਸ਼ਹਿਰ ਜਾਂ ਵਾਤਾਵਰਣ ਨੂੰ ਸਾਫ਼ ਰੱਖਣ ਦੀ ਆਉਂਦੀ ਆ ਤਾਂ ਜ਼ਿਆਦਾਤਰ ਲੋਕ ਮੂੰਹ ਫੇਰ ਲੈਂਦੇ ਨੇ ਤੇ ਸਭ ਤੋਂ ਜ਼ਿਆਦਾ ਗੰਦਗੀ ਤੇ ਬਦਬੂ ਉਹ ਲੋਕ ਫੈਲਾਉਂਦੇ ਨੇ ਜੋ ਖੁੱਲ੍ਹੇਆਮ ਪੇਸ਼ਾਬ ਕਰਦੇ ਨੇ ਅਜਿਹੀਆਂ ਥਾਵਾਂ ਤੋਂ ਗੁਜ਼ਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ ਮੁੰਬਈ ਵਿੱਚ ਦ ਕਲੀਨ ਇੰਡੀਅਨ ਨਾਮਕ ਇੱਕ ਗਰੁੱਪ ਨੇ ਇਸ ਸਮੱਸਿਆ ਦਾ ਅਜਿਹਾ ਇਲਾਜ ਲੱਭਿਆ ਕਿ ਇਹਨਾਂ ਲੋਕਾਂ ਦੇ ਹੋਸ਼ ਉੜ ਗਏ ਤੁਸੀਂ ਵੇਖ ਸਕਦੇ ਹੋ ਕਿ ਇਹ ਗਰੁੱਪ ਇੱਕ ਟੈਂਕਰ ਵਿੱਚ ਪਾਣੀ ਭਰ ਕੇ ਲਿਆਉਂਦਾ ਹੈ ਤੇ ਚਿਹਰੇ ਤੇ ਮਾਸਕ ਪਹਿਨੇ ਹੋਏ ਗਰੁੱਪ ਦਾ ਅਧਿਕਾਰੀ ਥਾਂ ਥਾਂ ਗੰਦਗੀ ਫੈਲਾਉਣ ਵਾਲੇ ਇਹਨਾਂ ਲੋਕਾਂ ਨੂੰ ਰੰਗੇ ਹੱਥੀ ਫੜ ਕੇ ਪਾਣੀ ਦੀ ਬੌਛਾਰ ਨਾਲ ਦੌੜਾ ਦੌੜਾ ਕੇ ਸਬਕ ਸਿਖਾਉਂਦਾ ਹੈ ਇਹਨਾਂ ਲੋਕਾਂ ਨੂੰ ਸਾਵਧਾਨ ਕਰਨ ਲਈ ਇਸ ਗਰੁੱਪ ਨੇ ਖਾਸ ਟੈਂਕਰ ਤਿਆਰ ਕੀਤਾ ਹੈ ਜਿਸ ਤੇ ਗਰੁੱਪ ਦਾ ਉਦੇਸ਼ ਯੂ ਸਟਾਪ ਵੀ ਸਟਾਪ ਲਿਖਿਆ ਹੋਇਆ ਹੈ ਤੇ ਇੱਕ ਚਿੰਨ ਵੀ ਬਣਿਆ ਹੋਇਆ ਹੈ ਇਹਨਾਂ ਗੰਦੇ ਲੋਕਾਂ ਦੀ ਅਜਿਹੀ ਹਾਲਤ ਹੁੰਦੇ ਵੇਖ ਉੱਥੇ ਮੌਜੂਦ ਲੋਕ ਇਹਨਾਂ ਤੇ ਹੱਸ ਰਹੇ ਨੇ ਆਸ ਹੈ ਕਿ ਇਹਨਾਂ ਲੋਕਾਂ ਦੇ ਨਾਲ ਨਾਲ ਬਾਕੀ ਦੇ ਲੋਕਾਂ ਨੂੰ ਵੀ ਸਿੱਖਿਆ ਮਿਲੇਗੀ ਤੇ ਉਹ ਅਜਿਹੀ ਗੰਦਗੀ ਤੇ ਬੇਸ਼ਰਮੀ ਭਰੀ ਹਰਕਤ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹਨਾਂ ਪਾਣੀ ਦੀਆਂ ਜ਼ਬਰਦਸਤ ਬੌਛਾਰਾਂ ਨੂੰ ਯਾਦ ਕਰਨਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ